ओस पंजाब सुख सांद सुना सुखसांद सु ਲੰਧਾ ਤੇ ਚੜਦੇ ਪੰਜਾਬ ਦੇ ਸਜਣੋ ਤੇ ਮਿੱਤਰੋ ਮੈਂ ਹਾਂ ਤੁਹਾਡਾ ਮੇਜ਼ਬਾਨ ਅਸਕਰ ਪੰਵਾਰ ਤੁਸੀਂ ਦੇਖ ਰਹੇ ਹੋ ਲੰਧਾ ਪੰਜਾਬ ਵਲੌਗ ਮੇਰਾ YouTube ਚੈਨਲ ਤੇ Facebook ਪੇਜ ਅਸਕਰ ਪੰਵਾਰ ਲੰਧਾ ਪੰਜਾਬ ਵਲੌਗ ਸਜਣੋ ਤੇ ਮਿੱਤਰੋ ਅੱਜ ਅਸੀਂ ਜਿਹੜੀ ਜਗ੍ਹਾ ਤੇ ਆ ਤੁਸੀਂ ਮੇਰੇ ਅਕਬ ਦੇ ਵਿੱਚ ਦੇਖ ਰਹੇ ਹੋ ਕਿ ਮਿੰਚਰਾ ਬਾਦ ਰੇਲਵੇ ਸਟੇਸ਼ਨ ਤੇ ਇਸ ਵਕਤ ਖੜੇ ਹਾਂ ਸਾਰੀ ਵੀਡੀਓ ਵੇਖਿਆ ਜੇ ਤੇ ਆਖਰ ਤੇ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਆ ਜੇ ਤੇ ਜਿਹੜੇ ਦੋਸਤਾਂ ਨੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬੜਾ ਮਿਹਰਬਾਨੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਗਰ ਫੇਸਬੁੱਕ ਤੇ ਰਹੀ ਤੁਸੀਂ ਵੇਖ ਰਹੇ ਹੋ ਤੇ ਮੇਰੇ ਪੇਜ ਨੂੰ ਫਾਲੋ ਕਰ ਲਵੋ ਮਿੱਤਰੋ ਤੁਸੀਂ ਨਹੀਂ ਤੇ ਤੁਹਾਡੇ ਵੱਡਿਆਂ ਬਜ਼ੁਰਗਾਂ ਨੇ ਲਾਜ਼ਮੀ ਇਸ ਰੇਲਵੇ ਸਟੇਸ਼ਨ ਰਹੀ ਸਫ਼ਰ ਕੀਤਾ ਹੋਵੇਗਾ ਇਹ ਰੇਲਵੇ ਸਟੇਸ਼ਨ ਮਿੰਚਨਾਬਾਦ ਸ਼ਹਿਰ ਦੇ ਦੱਖਣ ਵਾਲੇ ਪਾਸੇ ਅੱਜ ਵੀ ਖਸਤਾ ਹਾਲਤ ਵਿੱਚ ਮੌਜੂਦ ਹੈ ਇਹ ਰੇਲਵੇ ਸਟੇਸ਼ਨ ਇੰਡੀਆ ਬਾਰਡਰ ਤੋਂ ਸਿਰਫ 18 ਕਿਲੋਮੀਟਰ ਦੇ ਪਿੰਡ ਤੇ ਬਣਾਇਆ ਗਿਆ ਸੀ ਇੱਥੇ ਆਉਣ ਵਾਲੀਆਂ ਰੇਲ ਗੱਡੀਆਂ ਪਾਕਿਸਤਾਨ ਦੇ ਆਖਰੀ ਰੇਲਵੇ ਸਟੇਸ਼ਨ ਅਮਰੂਕਾ ਤੋਂ ਚਲਦੀਆਂ ਸਨ ਤੇ ਸਖਰ ਰੋੜੀ ਹైదరాబాద్ ਕਰਾਚੀ ਤੱਕ ਜਾਂਦੀਆਂ ਸਨ ਇਹ ਰੇਲਵੇ ਸਟੇਸ਼ਨ ਕਿਹਾਵੇਂ ਪਾਕਿਸਤਾਨ ਤੋਂ ਪਹਿਲਾਂ ਸਨ 1896 ਵਿੱਚ ਤਾਮੀਰ ਕੀਤਾ ਗਿਆ ਸੀ ਇਹ ਉਹ ਲਾਈਨ ਹੈ ਜਿਹੜੀ ਇੰਡੀਆ ਵਿੱਚ ਵੀ ਜਾਂਦੀ ਸੀ ਤੇ ਇੰਡੀਆ ਦੇ ਮਸ਼ਹੂਰ ਤੇ ਵੱਡੇ ਸ਼ਹਿਰਾਂ ਨੂੰ ਮੁਸਾਫਰ ਦਿੰਦੀ ਸੀ ਤੇ ਉਥੋਂ ਮੁਸਾਫਰ ਲੈਂਦੀ ਸੀ ਇੰਡੀਆ ਦੇ ਸ਼ਹਿਰ ਲੁਧਿਆਣਾ ਹੋਵੇ ਦਿੱਲੀ ਹੋਵੇ ਯਾ ਬਠਿੰਡਾ ਹੋਵੇ ਇਹ ਸਾਰੇ ਵੱਡੇ ਸ਼ਹਿਰਾਂ ਨੂੰ ਲਿੰਕ ਕਰਦੀ ਸੀ ਇਸ ਰੇਲਵੇ ਪਟੜੀ ਤੇ ਮੁਸਾਫਰ ਗੱਡੀਆਂ ਦੇ ਨਾਲ ਨਾਲ ਮਾਲ ਗੱਡੀਆਂ ਵੀ ਚਲਦੀਆਂ ਸਨ 1947 ਦੀ ਵੰਡ ਵੇਲੇ ਇਹਦਾ ਨਾਤਾ ਇੰਡੀਆ ਨਾਲੋਂ ਕੱਟ ਗਿਆ ਤੇ ਇਹਨੂੰ ਸਿਰਫ ਸੋਨੇ ਪਾਕਿਸਤਾਨ ਵਾਸਤੇ ਮਖੂਸ ਕਰ ਦਿੱਤਾ ਗਿਆ ਬੇਚਣਾਬਾਦ ਦੇ ਇਸ ਰੇਲਵੇ ਸਟੇਸ਼ਨ ਤੋਂ ਚੜ੍ਹਦੇ ਪਾਸੇ ਮੰਡੀ ਸਾਦਕ ਗਾਂਈ ਦਾ ਇੱਕ ਹੋਰ ਰੇਲਵੇ ਸਟੇਸ਼ਨ ਹੈ ਉਹ ਵੀ ਐਸ ਵਕਤ ਉਜੜ ਚੁੱਕਿਆ ਹੈ ਤੇ ਇਸ ਰੇਲਵੇ ਸਟੇਸ਼ਨ ਦੀ ਤਰ੍ਹਾਂ ਹਸਰ ਤੋਂ ਵਿਆਸ ਦੀ ਅਲਮਤ ਬਣ ਚੁੱਕਿਆ ਹੈ ਇਸ ਵਕਤ ਮਿੰਚਨਾਬਾਦ ਦਾ ਰੇਲਵੇ ਸਟੇਸ਼ਨ ਬਿਲਕੁਲ ਬਰਬਾਦੀ ਦੇ ਨੇੜੇ ਇਸ ਦੀਆਂ ਇੱਟਾਂ ਨੂੰ ਕਲਰ ਖਾ ਚੁੱਕਿਆ ਹੈ ਇਹ ਜਿਹੜੀ ਰੇਲਵੇ ਪਟੜੀ ਤੁਸੀਂ ਵੇਖ ਰਹੇ ਹੋ ਇਸ ਵਕਤ ਇਸ ਦੀ ਬਹੁਤ ਹੀ ਬੁਰੀ ਹਾਲਤ ਹੈ ਇਸ ਰੇਲਵੇ ਸਟੇਸ਼ਨ ਦੀ ਤੇ ਉਸ ਦੇ ਦੂਸਰੇ ਪਾਸੇ ਇਹ ਲੱਗੇ ਹੋਏ ਕੈਂਪ ਤੇ ਖੇਮੇ ਇੱਥੇ ਪੱਖੀ ਵਾਸਤੇ ਓੜ ਆ ਕੇ ਆਪਣਾ ਬਸੇਰਾ ਕਰ ਚੁੱਕੇ ਨੇ ਇੱਕ ਵਕਤ ਸੀ ਜਦੋਂ ਇਸ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਗਹਿਮਾ ਗੇਮੀ ਹੁੰਦੀ ਸੀ ਤੇ ਇੱਥੇ ਬੈਠਣ ਦੀ ਜਗ੍ਹਾ ਵੀ ਨਹੀਂ ਮਿਲਦੀ ਸੀ ਤੇ ਅੱਜ ਇਹ ਬਿਲਕੁਲ ਉਜੜ ਚੁੱਕਿਆ ਹੈ ਇਸ ਦੇ ਵਿੰਡੋ ਇਸ ਦੇ ਦਰਵਾਜ਼ੇ ਇਸ ਦੀਆਂ ਖਿੜਕੀਆਂ ਇਸ ਦੇ ਹਿਫਾਜ਼ਤੀ ਗ੍ਰਿਲਾਂ ਸਾਰਾ ਕੁਝ ਉਤਾਰ ਲਿਆ ਗਿਆ ਹੈ ਇਸ ਦੀਆਂ ਪਟੜੀਆਂ ਇਸ ਦੇ ਖੰਬੇ ਇਸ ਦੇ ਸੋਲੰਗ ਤੱਕ ਜਿਹੜੀਆਂ ਪਲੇਟਫਾਰਮ ਦੀਆਂ ਇੱਟਾਂ ਸਨ ਉਹ ਵੀ ਇੱਥੋਂ ਪਟ ਲਈਆਂ ਗਈਆਂ ਨੇ ਬਹੁਤ ਹੀ ਤਾਰੀਖੀ ਵਿਰਸਾ ਹੈ ਇਸ ਦੀ ਹਿਫਾਜ਼ਤ ਨਹੀਂ ਕੀਤੀ ਗਈ ਇਸ ਤੋਂ ਫਾਇਦਾ ਜ਼ਿਆਦਾ ਦੇਰ ਨਹੀਂ ਉਠਾਇਆ ਗਿਆ ਅੱਜ ਤੋਂ 20 ਵਰੇ ਪਹਿਲੇ ਇਸ ਨੂੰ ਬੰਦ ਕਰਕੇ ਹਮੇਸ਼ਾ ਹਮੇਸ਼ਾ ਵਾਸਤੇ ਸਿਰਫ ਇੱਕ ਰੇਲਵੇ ਸਟੇਸ਼ਨ ਦੀ ਅਲਮਤ ਬਣਾ ਕੇ ਠਹਿਰਾ ਦਿੱਤਾ ਗਿਆ ਹੈ ਅਸੀਂ ਅੱਜ ਵੀ ਇਸ ਦੀ ਹਿਫਾਜ਼ਤ ਕਰ ਸਕਨੇ ਆ ਇਹ ਸਾਡਾ ਸਕਾਫਤੀ ਵਿਰਸਾ ਹੈ ਬਹੁਤ ਯਾਦਾਂ ਇੰਦੇ ਨਾਲ ਵਬਸਤਾ ਨੇ ਸਾਨੂੰ ਇੰਦੀ ਹਿਫਾਜ਼ਤ ਕਰਨੀ ਚਾਹੀਦੀ ਹੈ મિત્રો ਅੱਜ ਇਸ ਰੇਲਵੇ ਸਟੇਸ਼ਨ ਨੂੰ ਵੇਖੋ ਤੇ ਐਵੇਂ ਲੱਗਦਾ ਜਿਵੇਂ ਇੱਕ ਭੂਤ ਬੰਗਲਾ ਹੈ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਬਿਲਕੁਲ ਬਰਬਾਦੀ ਦੇ ਨੇੜੇ ਇਹ ਸਾਰੀ ਸੂਰਤial ਵੇਖ ਕੇ ਦਿਲ ਬੜਾ ਦੁਖੀ ਹੋਇਆ ਹੈ ਇਸ ਦੁਖੀ ਦਿਲ ਨਾਲ ਸਾਰੇ ਦੋਸਤਾਂ ਕੋਲੋਂ ਮਿੱਤਰਾਂ ਕੋਲੋਂ ਇਜਾਜ਼ਤ ਚਾਹਾਂਗਾ ਅੱਲਾ ਹਾਫਿਜ਼ ਉਸ ਪੰਜਾਬ ਆਇਆ ਸੁਖ ਸੰਦ ਸੁਨੇਹਾ ਸੁਣੇ ਹਾਂ ਸੁਖ ਸੰਦ ਸੁਨੇਹਾ ਆਇਆ